ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਮਨ ਬਿਸ਼ਨੋਈ, GTB ਸਕੂਲ ਸਾਡੂ ਸਾਹਿਬ ਤੋਂ। ਅੱਜ ਆਪਾਂ ਪੜ੍ਹਾਂਗੇ ਪੰਜਾਬੀ ਵਿਆਕਰਣ ਵਿੱਚ ਨਾਂ, ਜਿਹਨੂੰ ਆਪਾਂ ਹਿੰਦੀ ਵਿੱਚ ਕਹਿੰਦੇ ਹਾਂ ਸੰਗਿਆ ਤੇ ਅੰਗਰੇਜ਼ੀ ਵਿੱਚ ਕਹਿੰਦੇ ਹਾਂ ਨਾਮ। ਸਭ ਤੋਂ ਪਹਿਲਾਂ ਇਸ ਦੀ ਗੱਲ ਕਰੀਏ, ਇਸ ਦੀ ਪਰਿਭਾਸ਼ਾ। ਕਿਸੇ ਵਿਅਕਤੀ, ਵਸਤੂ ਜਾਂ ਸਥਾਨ ਦੇ ਨਾਂ ਨੂੰ ਨਾਮ ਆਖਦੇ ਹਨ, ਜਿਵੇਂ ਪਾਣੀ, ਪਹਾੜ, ਸਤਲੁਜ, ਜੈਪੁਰ ਆਦਿ। ਨਾਮ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ, ਯਾਨੀ ਪੰਜ ਪ੍ਰਕਾਰ ਹੁੰਦੇ ਹਨ। ਸਭ ਤੋਂ ਪਹਿਲਾਂ ਆਉਂਦਾ ਹੈ ਆਮ ਨਾਮ ਜਾਂ ਜਾਤੀ ਵਾਚਕ ਨਾਮ। ਇਸ ਨਾਮ ਵਿੱਚ ਇੱਕੋ ਹੀ ਜਾਤੀ ਜਾਂ ਸ਼੍ਰੇਣੀ ਨਾਲ ਜੋ ਸੰਬੰਧ ਰੱਖਦੇ ਹਨ ਉਹਨਾਂ ਨੂੰ ਆਮ ਜਾਂ ਜਾਤੀਵਾਚਕ ਨਾਮ ਕਿਹਾ ਜਾਂਦਾ ਹੈ। ਜਿਵੇਂ ਜਾਤੀ ਵਿੱਚ ਇੱਕੋ ਹੀ ਜਾਤੀ ਦਾ ਘੋੜਾ ਹੋ ਗਿਆ, ਮੁੰਡਾ ਹੋ ਗਿਆ, ਉਹ ਇੱਕ ਜਾਤੀ ਨਾਲ ਸੰਬੰਧ ਰੱਖਦੇ ਹਨ। ਦੂਜੇ ਆਪਾਂ ਗੱਲ ਕਰੀਏ ਤਾਂ ਖਾਸ ਨਾਮ, ਉਹ ਕਿਸੇ ਖਾਸ ਥਾਂ, ਖਾਸ ਚੀਜ਼ ਲਈ ਵਰਤਿਆ ਜਾਂਦਾ ਹੈ। ਜਿਵੇਂ ਲਾਹੌਰ ਹੈ, ਉਹ ਇੱਕ ਖਾਸ ਸ਼ਹਿਰ ਹੈ, ਅਤੇ ਗੋਦਾਵਰੀ ਇੱਕ ਖਾਸ ਨਦੀ ਹੈ। ਤੀਜੇ ਆਪਾਂ ਗੱਲ ਕਰੀਏ ਇਕੱਠ ਵਾਚਕ ਨਾਂ। ਇਕੱਠ ਵਾਚਕ ਨਾਂ ਕਿਸੇ ਇਕੱਠ ਜਾਂ ਸਮੂਹ ਸ਼੍ਰੇਣੀ ਲਈ ਵਰਤਿਆ ਜਾਂਦਾ ਹੈ। ਜਿਵੇਂ ਫੌਜ, ਫੌਜ ਇਕੱਠ ਨੂੰ ਦਰਸਾਉਂਦੀ ਹੈ, ਅਤੇ ਮੇਲਾ ਵੀ ਇਕੱਠ ਨੂੰ ਦਰਸਾਉਂਦਾ ਹੈ। ਨੈਕਸਟ ਵਸਤਵਾਚਕ ਨਾਂ, ਉਹ ਚੀਜ਼ਾਂ ਜਾਂ ਵਸਤਾਂ ਜਿਹੜੀਆਂ ਤੋਲੀਆਂ ਜਾਂ ਗਿਣੀਆਂ ਜਾ ਸਕਣ, ਜਿਹਨਾਂ ਚੀਜ਼ਾਂ ਨੂੰ ਆਪਾਂ ਤੋਲ ਲਿਆ ਜਾਂ ਗਿਣ ਸਕਦੇ ਹਾਂ। ਜਿਵੇਂ ਵਜਨ ਵਿੱਚ ਕਹਿੰਦੇ ਹਾਂ ਆਪਾਂ ਲੋਹਾ, ਘਿਓ ਆਦਿ। ਨੈਕਸਟ ਹੈ ਭਾਵ ਵਾਚਕ ਨਾਂ, ਜਿਹਨਾਂ ਚੀਜ਼ਾਂ ਦਾ ਭਾਵਾਂ ਦਾ ਸਰੀਰ ਦਾ ਆਕਾਰ ਨਾ ਹੋਵੇ, ਸਰੀਰ ਦਾ ਆਕਾਰ ਨਾ ਹੋਵੇ, ਜਿਵੇਂ ਧੁੱਪ ਹੋ ਗਈ, ਛਾਂ ਹੋ ਗਈ, ਖੁਸ਼ੀ ਹੋ ਗਈ, ਜਿਹਨਾਂ ਨੂੰ ਆਪਾਂ ਤੋਲ ਵੀ ਨਹੀਂ ਸਕਦੇ, ਜਿਹਨਾਂ ਨੂੰ ਆਪਾਂ ਭਾਵ ਵੀ ਪ੍ਰਗਟ ਕਰ ਸਕਦੇ ਹਾਂ, ਦੇਖ ਨਹੀਂ ਸਕਦੇ। ਤੋ ਇਹ ਸੀਗਾ ਨਾਂ। ਨੈਕਸਟ ਟਾਈਮ